ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਲੁਧਿਆਣਾ ਵਿਖੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਚੇਚੇ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦਸੰਬਰ ਦਾ ਮਹੀਨਾ ਸਿੱਖ ਕੌਮ ਲਈ ਬਹੁਤ ਅਹਿਮ ਹੈ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਦਾ ਜਾਮ ਪੀਤਾ ਸੀ ਤੇ ਸਾਰੀ ਕੌਮ ਨੂੰ ਇਹਨਾਂ ਸ਼ਹੀਦੀ ਦਿਹਾੜਿਆਂ ਨੂੰ ਸ਼ਰਧਾ ਤੇ ਭਾਵਨਾ ਨਾਲ ਮਨਾਉਣਾ ਚਾਹੀਦਾ ਹੈ। ਕਰਤਾਰਪੁਰ ਲਾਂਘੇ ਸੰਬੰਧੀ ਪੁੱਛੇ ਗਏ ਸਵਾਲ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਲਾਂਘਾ ਖੁੱਲ੍ਹਣ ਨਾਲ ਦੋਵਾਂ ਦੇਸ਼ਾਂ ਵਿੱਚ ਪ੍ਰੇਮ ਵਧਿਆ ਹੈ ਤੇ ਇਸ ਤੇ ਸਿਆਸਤਦਾਨ ਕੀ ਸੋਚਦੇ ਹਨ ਇਸ ਸੰਬੰਧੀ ਉਹ ਇਤਫਾਕ ਨਹੀਂ ਰੱਖਦੇ। ਇਸ ਦੇ ਨਾਲ ਹੀ ਉਹਨਾਂ ਸਪੇਨ ਦੇ ਹਵਾਈ ਅੱਡੇ ਤੇ ਸਿੱਖ ਪਾਇਲਟ ਦੀ ਦਸਤਾਰ ਉਤਾਰ ਕੇ ਚੈਕਿੰਗ ਕਰਨ ਸੰਬੰਧੀ ਬੋਲਦਿਆਂ ਕਿਹਾ ਕਿ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਦਸਤਾਰ ਦੀ ਬੇਅਦਬੀ ਨਾ ਬਰਦਾਸ਼ਤ ਯੋਗ ਹੈ। ਧਰਮ ਦੇ ਅੰਦਰ ਸ਼ਹਾਦਤ ਦਾ ਸੰਕਲਪ ਹੈ ਜੋ ਬੜੀ ਅਹਿਮੀਅਤ ਰੱਖਦਾ ਸਿੱਖਾਂ ਵਾਸਤੇ ਖਾਸ ਤੌਰ ਤੇ, ਔਰ ਅੱਜ ਦੀਨ ਦੁਨੀਆ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ, ਜਿਵੇਂ ਇੱਥੇ ਸਮੁੱਚੇ ਨਾਨਕ ਨਾਮ ਲੇਵਾ ਸਿੱਖ ਜਗਤ ਵੱਲੋਂ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ, ਉੱਥੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਲੁਧਿਆਣਾ ਵਿਖੇ ਵੀ ਸੰਗਤ ਦੇ ਸਹਿਯੋਗ ਦੇ ਨਾਲ ਇੱਥੋਂ ਦੇ ਪ੍ਰਬੰਧਕ ਸਾਹਿਬਾਨ ਵੱਲੋਂ ਖਾਸ ਤੌਰ ਦੇ ਉੱਤੇ ਸਾਡੇ ਸਤਿਕਾਰਯੋਗ ਸਰਦਾਰ ਪ੍ਰਤਪਾਲ ਸਿੰਘ ਜੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਵੀ ਨੇ, ਇਹਨਾਂ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਅੱਜ ਦੀਵਾਨ ਸਜਾਏ ਨੇ, ਜਿਹਦੇ ਵਿੱਚ ਹਜ਼ੂਰੀ ਰਾਗੀ ਜੱਥੇ ਔਰ ਬਹੁਤ ਸਾਰੇ ਕਥਾਵਾਚਕ ਜਿਹੜੇ ਨੇ ਹਾਜ਼ਰੀਆਂ ਭਰ ਰਹੇ ਨੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਜਿਹੜੀ ਆ ਉਹ ਲਾਮਿਸਾਲ ਬੇਮਿਸਾਲ ਸ਼ਹਾਦਤ ਹੈ, ਔਰ ਸਾਨੂੰ ਹਮੇਸ਼ਾ ਹੀ ਸ਼ਹਾਦਤ ਜਿਹੜੀ ਹੈ ਦ੍ਰਿੜਤਾ ਦਲੇਰੀ ਹੌਸਲਾ ਅਫਜ਼ਾਈ ਅਤੇ ਸਿਹਤ ਜਿਹੜੀ ਆ ਉਹ ਦਿੰਦੀ ਰਹੇਗੀ, ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਨੂੰ ਸ਼ਹਾਦਤ ਨੂੰ ਯਾਦ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ। ਦੇਖੋ ਮੈਨੂੰ ਨਹੀਂ ਪਤਾ ਕਿਹਦੀ ਦਿਮਾਗ ਦੀ ਉਪਜ ਹੈ ਕਿਹਦੀ ਦਿਮਾਗ ਦੀ ਉਪਜ ਨਹੀਂ ਹੈ, ਮੈਂ ਤਾਂ ਇੰਨਾ ਕਹਿਣਾ ਚਾਹੁੰਦਾ ਕਿ ਸਾਡੇ ਵਾਸਤੇ ਬਹੁਤ ਵਧੀਆ ਹੈ, ਅਸੀਂ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦਾਰੇ ਕਰਕੇ ਆ ਸਕਦੇ ਹਾਂ ਔਰ ਸੰਗਤਾਂ ਜਾ ਵੀ ਰਹੀਆਂ ਨੇ, ਸਾਡੇ ਵਾਸਤੇ ਬਹੁਤ ਵਧੀਆ। ਇਹਦੀ ਸੋਚਣੀ ਹੋ ਸਕਦੀ ਹੈ ਪਰ ਸਾਡੇ ਵਾਸਤੇ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੁੱਲ੍ਹਣਾ ਜਿਹੜਾ ਹੈ ਬਹੁਤ ਜ਼ਿਆਦਾ ਖੁਸ਼ੀ ਵਾਲੀ ਗੱਲ ਹੈ, ਔਰ ਕਿਤੇ ਨਾ ਕਿਤੇ ਇਹ ਕੋਰੀਡੋਰ ਜਿਹੜਾ ਦੋਨਾਂ ਮੁਲਕਾਂ ਦੇ ਵਿਚਕਾਰ ਜਿਹੜਾ ਅਮਨ ਸਥਾਪਿਤ ਹੀ ਕਰੂਗਾ, ਇਹ ਨੁਕਸਾਨ ਨਹੀਂ ਕਰੂਗਾ। ਮੈਨੂੰ ਨਹੀਂ ਪਤਾ ਉਹਨਾਂ ਨੇ ਕਿਸ ਪ੍ਰਸੰਗ 'ਚ ਬਿਆਨ ਦਿੱਤਾ ਹੈ, ਪਰ ਇਹ ਜਿਹੜਾ ਕੋਰੀਡੋਰ ਹੈ ਇਹ ਦੋਨਾਂ ਮੁਲਕਾਂ ਦੇ ਵਿੱਚ ਸਾਂਝ ਵਧਾਊਗਾ ਘਟਾਊਗਾ ਨਹੀਂ। ਇਹ ਪੋਲੀਟੀਕਲ ਬਿਆਨ ਹੋ ਸਕਦੇ, ਮੇਰਾ ਤਾਂ ਕੋਈ ਮਤਲਬ ਨਹੀਂ, ਮੈਂ ਤਾਂ ਸਿਰਫ ਇੰਨਾ ਕਹਿਣਾ ਹੈ ਕਿ ਅਮਨ ਦਾ ਜਿਹੜਾ ਇੱਕ ਸਬੱਬ ਬਣੂਗਾ ਇਹ ਕੋਰੀਡੋਰ। ਬੜੀ ਮਾੜੀ ਗੱਲ ਹੋਈ ਹੈ ਕਿ ਭਾਰਤ ਸਰਕਾਰ ਨੂੰ ਵੀ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਹੀਂ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਦੁਨੀਆ 'ਚ ਕਿਤੇ ਵਾਪਰਨੀਆਂ ਨਹੀਂ ਚਾਹੀਦੀਆਂ। ਸਿੱਖਾਂ ਦੀ ਦਸਤਾਰ ਜਿਹੜੀ ਹੈ ਇਹ ਸਿਰਫ ਸਿਰ ਢੱਕਣ ਲਈ ਕੱਪੜਾ ਨਹੀਂ ਹੈ, ਬਲਕਿ ਸਿੱਖਾਂ ਦੀ ਦਸਤਾਰ ਜਿਹੜੀ ਹੈ ਸਿੱਖਾਂ ਦੇ ਆਣ ਸ਼ਾਨ ਦਾ ਪ੍ਰਤੀਕ ਹੈ, ਔਰ ਇਹਦੀ ਜਿਹੜੀ ਹੈ ਕਿਸੇ ਵੀ ਕਿਸਮ ਦੇ ਉੱਤੇ ਬੇਅਦਬੀ ਜਿਹੜੀ ਹੈ ਇਹ ਨਾ ਬਰਦਾਸ਼ਤਯੋਗ ਹੈ, ਔਰ ਭਾਰਤ ਸਰਕਾਰ ਦਾ ਜਿਹੜਾ ਫਰਜ਼ ਹੈ ਕਿ ਉਹ ਇਸ ਤਰ੍ਹਾਂ ਦੀਆਂ ਦੁਨੀਆ ਭਰ ਦੇ ਵਿੱਚ ਜਿਹੜੀਆਂ ਆਪਣੀਆਂ ਏਜੰਸੀਆਂ ਦੇ ਰਾਹੀਂ ਯਤਨ ਕਰਕੇ ਘਟਨਾਵਾਂ ਨਾ ਵਾਪਰਨ, ਅਤੇ ਬਾਹਰਲੇ ਸਿੱਖਾਂ ਨੂੰ ਵੀ ਜਿਹੜੀ ਹੈ ਇਹੋ ਅਪੀਲ ਹੈ ਕਿ ਉਹ ਸਿੱਖ ਪਹਿਚਾਣ ਦਾ ਮੁੱਦਾ ਜਿਹੜਾ ਹੈ ਉਹਨੂੰ ਅਹਿਮ ਮੰਨਦੇ ਹੋਏ ਸਿੱਖ ਪਹਿਚਾਣ ਨੂੰ ਜਿਹੜਾ ਹੈ ਉਹ ਹੋਰ ਜ਼ਿਆਦਾ ਗੈਰ ਸਿੱਖ ਲੋਕਾਂ ਦੇ ਵਿੱਚ ਪ੍ਰਸਾਰਨ ਪ੍ਰਚਾਰਨ ਦੇ ਯਤਨ ਕਰਨ।